लोग कुंडली नहीं मिलाते हैं, कुछ लोग गुना में मैटर करते हैं। असी कहने हैं 10 गुण नाल भी तुहाडी मैरिज बढ़िया जा सकती है। बट तुसी असी गुण देख लो, आज देख लो 36 के गुण तुहाडे 35 मिल गए, उत्थे भी डिवोर्स हो गए। गुण ही करते हैं, गुण डजन मैटर। हनुमान जी के चरणों से अगर तुम चले गए हो तो सारे ही ग्रह ठीक हो गए, क्योंकि कलयुग में अगर कोई प्लैनेट सुनता है तो हनुमान जी सुनते हैं कि मंगल ग्रह। सत श्री अकाल दोस्तों, स्वागत है लाइव भारत के खालस प्रोग्राम से। अज आप गल करांगे ज्योतिष विद्या की, जो कि बहुत वड्डा विज्ञान है, जिद कि एक बहुत वड्डी जी साइंस है ये पिछे काम कर रही है, उस बारे गल करांगे। साडे नाल मौजूद हैं अज साडे गेस्ट हैं पूजा शर्मा जी, जो 15 साल का तजर्बा लैके अज साडे नाल बैठे हैं। इन्हां नाल खास गलबात करांगे ज्योतिष विद्या के उत्ते। स्वागत है मैम तुहाडा लाइव भारत में। सब तो पहले गल करिए कि ज्योतिष विद्या एक साइंस मनी जा रही है, अज का जिहड़ा युग है ਇਹਦੇ ਵਿੱਚ ਕਾਫੀ ਕਾਰਗਰ ਸਿੱਧ ਹੁੰਦੀ ਆ ਰਹੀ ਹੈ, ਇਹਨੂੰ ਸਾਇੰਸ ਦੇ ਨਾਲ ਕਿਸ ਤਰ੍ਹਾਂ ਜੋੜਿਆ ਜਾ ਰਿਹਾ ਹੈ? ਬੇਸਿਕਲੀ ਇਹ ਸਬਜੈਕਟ ਸਾਇੰਸ ਔਰ ਮੈਥਮੈਟਿਕਸ ਸਬਜੈਕਟ ਹੈ, ਕਿਉਂਕਿ ਸਾਰੀ ਕੈਲਕੂਲੇਸ਼ਨ ਸਾਇੰਸ ਇਹਦੇ ਵਿੱਚ ਹੀ ਹੈ। ਵਿਦਆਊਟ ਕੈਲਕੂਲੇਸ਼ਨ ਇਹ ਕੁਛ ਵੀ ਨਹੀਂ ਹੈ। ਜਿਸ ਤਰ੍ਹਾਂ ਸਾਡੀ ਧਰਤੀ ਗੋਲ ਗੋਲ ਘੁੰਮਦੀ ਹੈ, ਉਸ ਤਰ੍ਹਾਂ ਹੀ ਸਾਡੇ ਆਸਮਾਨ 'ਚ ਵੀ ਸਾਡੇ ਜਿਹੜੇ ਪਲੈਨਟਸ ਹੈ ਉਹ ਡਿਗਰੀ ਵਾਈਜ਼ ਡੇ ਬਾਏ ਡੇ ਚੇਂਜ ਹੁੰਦੇ। ਜਿਸ ਤਰ੍ਹਾਂ ਕਿ ਚੰਦਰਮਾ ਹੈ 2.25 ਦਿਨ ਬਾਅਦ ਚੇਂਜ ਹੋ ਜਾਂਦਾ, ਹਰ ਰਾਸ਼ੀ ਪਰਿਵਰਤਨ ਕਰ ਲੈਂਦਾ। ਉਸੇ ਤਰ੍ਹਾਂ ਹਰ ਗ੍ਰਹਿ ਦਾ ਅਲੱਗ ਅਲੱਗ ਪ੍ਰਭਾਵ ਪੈਂਦਾ ਅਤੇ ਹਰ ਇੱਕ ਅਲੱਗ ਅਲੱਗ ਪ੍ਰਭਾਵ ਦਾ ਮਾਨਵ ਜੀਵਨ 'ਚ ਪ੍ਰਭਾਵ ਪੈਂਦਾ। ਸਾਇੰਸ ਨਾਲ ਰਿਲੇਟਡ ਕਿਉਂ ਹੈ ਐਸਟ੍ਰੋਲੋਜੀ? ਕਿਉਂਕਿ ਸਾਇੰਸ ਦੇ ਆਪਣੇ ਲੋਜ਼ ਹੈ, ਐਸਟ੍ਰੋਲੋਜੀ ਦੇ ਆਪਣੇ ਲੋਜ਼ ਹੈ। ਜਿਸ ਨਾਲ ਸਾਇੰਸ 'ਚ ਹਾਈਡਰੋਜਨ ਪਲੱਸ ਆਕਸੀਜਨ ਅਸੀਂ ਕਹਿੰਦੇ ਕਿ ਵਾਟਰ ਬਣਦਾ, ਉਸ ਨਾਲ ਹੀ ਜੁਪੀਟਰ ਪਲੱਸ ਚੰਦਰਮਾ ਉਹ ਇੱਕ ਗੱਜ ਕੇਸਰੀ ਯੋਗ ਦੇ ਨਾਮ 'ਤੇ ਪ੍ਰਸਿੱਧ ਹੈ। ਸੋ ਸਾਇੰਸ ਔਰ ਐਸਟ੍ਰੋਲੋਜੀ ਸੇਮ ਹੀ ਹੈ, ਕਿਉਂਕਿ ਵਿਦਆਊਟ ਸਾਇੰਸ ਐਸਟ੍ਰੋਲੋਜੀ ਦੀ ਗਣਤਾ ਨਹੀਂ ਕੀਤੀ ਜਾ ਸਕਦੀ। ਜਿੰਨੇ ਵੀ ਵੱਡੇ ਮਹਾਂਪੁਰਸ਼ ਹੋਏ ਆ ਉਹ ਹਰ ਇੱਕ ਕੈਲਕੂਲੇਸ਼ਨ ਦੇ ਨਾਮ 'ਚ ਅਸੀਂ ਪਾਸਟ, ਫਿਊਚਰ ਔਰ ਪ੍ਰੈਜੈਂਟ ਅਸੀਂ ਜਾਣ ਪਾਉਂਦੇ ਹਾਂ ਕੈਲਕੂਲੇਸ਼ਨਸ ਦੇ ਹੀ ਦੌਰਾਨ। ਸਿੱਖਣ ਦੇ ਲਈ ਪੜ੍ਹਾਈ ਕਰਨੀ ਪੈਂਦੀ ਹੈ, ਗੁਰੂ ਧਾਰਨਾ ਪੈਂਦਾ ਜਾਂ ਸਾਧਨਾ ਕਰਨੀ ਪੈਂਦੀ ਹੈ? ਕਿਸ ਤਰ੍ਹਾਂ ਜੋਤਿਸ਼ ਵਿੱਦਿਆ ਆਉਂਦੀ? ਕਿਸ ਤਰ੍ਹਾਂ ਗੁਰੂ ਬਿਨਾਂ ਤਾਂ ਗਿਆਨ ਅਧੂਰਾ ਹੀ ਹੈ, ਠੀਕ ਹੈ ਨਾ। ਔਰ ਸਾਧਨਾ ਮਸਟ ਹੈ ਇਹਦੇ ਵਿੱਚ, ਜਿੰਨੇ ਵੀ ਅਸੀਂ ਐਸਟ੍ਰੋਲੋਜਰ ਹੈਗੇ ਹਾਂ ਉਹ ਸਾਧਨਾ ਜ਼ਰੂਰ ਕਰਦੇ, ਕਿਉਂਕਿ ਲੋਕਾਂ ਦੀ ਨੈਗੇਟਿਵਿਟੀ ਸਾਡੇ ਉੱਪਰ ਪ੍ਰਭਾਵਿਤ ਕਰਦੀ ਹੈ। ਅੱਜ ਕੱਲ੍ਹ ਦੇਖੋ ਕਿ ਕੁਛ ਜੋਤਸ਼ੀ ਹੈ ਥੋੜ੍ਹਾ ਜਿਹਾ ਕੰਮ ਵਪਾਰ ਕਰਨ ਵਾਸਤੇ ਇਹਨੂੰ ਇੱਕ ਧੰਦਾ ਬਣਾ ਦਿੱਤਾ ਹੋਇਆ, ਔਰ ਲੋਕਾਂ ਦਾ ਭਲਾ ਕਰਨ ਦੀ ਬਜਾਏ ਜਿਹੜੀ ਕਿ ਸਾਨੂੰ ਹੈ ਗੋਡ ਗਿਫਟਿਡ ਸਟੱਡੀ ਹੈ ਉਹਦਾ ਬੇੜਾ ਗਰਕ ਹੋ ਰਿਹਾ। ਇਸ ਨਾਲ ਸਾਡੇ ਕੋਲ ਪ੍ਰਡਿਕਟ ਕਰਵਾਉਣ ਆਉਂਦੇ, ਆਪਣੀ ਕੁੰਡਲੀ ਪ੍ਰਡਿਕਟ ਕਰਵਾਉਣ ਆਉਂਦੇ ਆ, ਅਤੇ ਅਸੀਂ ਉਹਨਾਂ ਨੂੰ ਦਵਾਈ ਦੇ ਤੌਰ 'ਤੇ ਰੈਮਡੀਜ਼ ਦਿੰਦੇ ਹਾਂ। ਅਗਰ ਅਸੀਂ ਸਹੀ ਦਿਸ਼ਾ 'ਚ ਉਹਨਾਂ ਦੀ ਰੈਮਡੀਜ਼ ਦੇਈਏ ਤਾਂ ਉਹਨਾਂ ਦਾ ਬਿਲਕੁਲ ਫਿਊਚਰ ਬ੍ਰਾਈਟ ਜਾਂਦਾ ਹੈ। ਯਾਨੀ ਕਿ ਸ਼ਾਸਤਰੀ ਬੰਦੀ ਸ਼ਾਸਤਰ ਦਾ ਗਿਆਨ ਬਹੁਤ ਜ਼ਰੂਰੀ ਹੈ, ਅਤੇ ਗਿਆਨ ਸੰਜੋਗ ਦੇ ਲਈ ਤੁਹਾਡੇ ਮੁਤਾਬਿਕ ਸਾਧਨਾ ਵੀ ਬਹੁਤ ਜ਼ਰੂਰੀ ਹੈ। ਸਾਧਨਾ ਮਸਟ ਹੈ ਇਹਦੇ ਵਿੱਚ। ਤੁਸੀਂ ਗੱਲ ਕਰੀਏ ਕਿ ਜਿਸ ਤਰ੍ਹਾਂ ਕਿ ਜੋਤਿਸ਼ ਜਿਹੜਾ ਇਹ ਹਰ ਏਰੀਏ ਦੇ ਵਿੱਚ ਵਰਕ ਕਰਦਾ, ਜੋਤਿਸ਼ ਹੈਲਥ ਹੋ ਗਿਆ, ਰਿਲੇਸ਼ਨਸ਼ਿਪ ਹੋ ਗਿਆ, ਘਰ ਹੋ ਗਿਆ, ਵਪਾਰ ਹੋ ਗਿਆ, ਹਰ ਏਰੀਏ 'ਤੇ ਵਰਕ ਕਰਦਾ। ਅਤੇ ਕਈ ਵਾਰ ਕੁਛ ਇਸ ਤਰ੍ਹਾਂ ਦੇ ਵੀ ਰੈਮਡੀਜ਼ ਹੋ ਜਾਂਦੀ ਹੈ ਜੋਤਿਸ਼ ਦੇ ਵਿੱਚ ਕਿ ਲੰਬੀ ਬਿਮਾਰੀ ਚਲਦੀ ਹੋਈ ਜੋਤਿਸ਼ ਨਾਲ ਠੀਕ ਹੋ ਗਿਆ? ਬਿਲਕੁਲ, ਕਿਉਂਕਿ ਜੋਤਿਸ਼ 'ਚ ਇਹੋ ਹੀ ਹੈ, ਰਿਸਰਚ ਹੈ। ਜਿਸ ਤਰ੍ਹਾਂ ਅਸੀਂ ਸਾਇੰਸ ਦੀ ਰਿਸਰਚ ਕਰਦੇ ਹਾਂ ਉਸ ਤਰ੍ਹਾਂ ਹੀ ਅਸੀਂ ਐਸਟ੍ਰੋਲੋਜੀ 'ਚ ਹੀ ਰਿਸਰਚ ਕਰਦੇ, ਬਹੁਤ ਬਹੁਤ ਸਾਲ ਲੱਗ ਜਾਂਦੇ ਐਸਟ੍ਰੋਲੋਜੀ 'ਤੇ ਅਸੀਂ ਰਿਸਰਚ ਕਰਦੇ ਕੁੰਡਲੀ ਦੀ। ਕਈ ਵਾਰ ਪਕੜਨ 'ਚ ਹੀ ਨਹੀਂ ਬਿਮਾਰੀ ਆਉਂਦੀ ਕਿ ਕਿਹੜੀ ਚੀਜ਼ ਹੈਗੀ ਹੈ, ਉਹ ਇਹਦੀ ਰਿਸਰਚ ਕਰਕੇ ਅਸੀਂ ਪਤਾ ਲਗਾ ਸਕਦੇ ਹਾਂ ਕਿ ਉਹਨੂੰ ਕਿਹੜੀ ਡਿਜ਼ੀਜ਼ ਹੈਗੀ ਹੈ। ਜਿਸ ਤਰ੍ਹਾਂ ਸਾਡਾ ਛਠਾ ਲੋਟ, ਫੋਰ ਐਗਜ਼ਾਮਪਲ ਕਿ ਛਠਾ ਲੋਟ ਅਸੀਂ ਡਿਜ਼ੀਜ਼ ਚੈੱਕ ਕਰਦੇ, ਅਗਰ ਉਹਦੀ ਦਸ਼ਾ ਮਹਾਂਦਸ਼ਾ ਚੱਲਦੀ ਹੋਏਗੀ ਤਾਂ ਡਿਜ਼ੀਜ਼ ਸਾਹਮਣੇ ਆ ਜਾਂਦੀ ਹੈ। ਕਈ ਵਾਰ ਡਿਜ਼ੀਜ਼ ਸਾਹਮਣੇ ਨਹੀਂ ਆਉਂਦੀ ਅਤੇ ਕੁਛ ਉਪਾਇਆਂ ਕਾਰਨ ਅਸੀਂ ਉਹ ਡਿਜ਼ੀਜ਼ ਸਾਹਮਣੇ ਲਿਆ ਸਕਦੇ ਹੈਗੇ। ਯਾਨੀ ਕਿ ਕੋਈ ਬਿਮਾਰ ਚੱਲ ਰਿਹਾ ਬੰਦਾ, ਦਵਾਈ ਖਾ ਕੇ ਫਰਕ ਨਹੀਂ ਪੈ ਰਿਹਾ, ਉਹ ਜੋਤਿਸ਼ ਵਿੱਦਿਆ ਤੂੰ ਆਪਣਾ ਜੇ ਬਿਲਕੁਲ ਦੇਖੋ ਨਾ, ਦਵਾ ਨਾ ਦੂਆ ਦੀ ਤਾਂ ਜ਼ਰੂਰਤ ਪੈਂਦੀ ਹੈ। ਵਿਦਆਊਟ ਅਸੀਂ ਗੋਡ ਦੀ ਅਸੀਂ ਨਾ ਪ੍ਰੇ ਕਰਕੇ ਤਾਂ ਸਾਨੂੰ ਦਵਾ ਤਾਂ ਲੱਗਣੀ ਨਹੀਂ ਹੈ। ਯਾਨੀ ਕਿ ਜੇ ਸਾਨੂੰ ਲੱਗਦਾ ਹੈ ਕਿ ਅਸੀਂ ਲੰਬੇ ਸਮੇਂ ਤੱਕ ਜੇ ਸਰੀਰ ਦੇ ਕੋਈ ਕਸ਼ਟ ਚੱਲ ਰਿਹਾ ਤਾਂ ਵਾਰ ਵਾਰ ਦਵਾਈਆਂ ਡਾਕਟਰ ਵੀ ਬਦਲਦੇ, ਆਰਾਮ ਨਹੀਂ ਹੋ ਰਿਹਾ, ਤਾਂ ਯਾਨੀ ਕਿ ਤੁਹਾਡਾ ਕਿਤੇ ਨਾ ਕਿਤੇ ਸਟਾਰ ਖਰਾਬ ਹੈਗਾ। ਉਹਦੇ ਲਈ ਤੁਹਾਨੂੰ ਇੱਕ ਮਾਹਿਰ ਜੋਤਿਸ਼ ਦੀ ਲੋੜ ਹੈਗੀ ਹੈ ਕਿ ਤੁਸੀਂ ਆਪਣੇ ਸਟਾਰ ਚੈੱਕ ਕਰਵਾ ਕੇ ਉਹਨਾਂ ਤੋਂ ਉਪਾਅ ਕਰਕੇ ਆਪਣੀ ਉਸੇ ਦਵਾਈ ਤੋਂ ਜ਼ਿਆਦਾ ਵਧੀਆ ਲਾਭ ਲੈ ਸਕਦੇ ਹੋ। ਇਸ ਦੇ ਨਾਲ ਗੱਲ ਕਰੀਏ ਕਿ ਅੱਜ ਦਾ ਜਿਹੜਾ ਟਾਈਮ ਹੈ, ਅੱਜ ਦੇ ਟਾਈਮ ਦੇ ਵਿੱਚ ਅਦਾਲਤਾਂ ਭਰੀਆਂ ਪਈਆਂ, ਬਹੁਤ ਜ਼ਿਆਦਾ ਡਿਵੋਰਸ ਕੇਸਿਸ ਆ ਰਹੇ ਆ, ਫੈਮਿਲੀ ਡਿਸਪਿਊਟ ਬਹੁਤ ਜ਼ਿਆਦਾ ਆ ਰਹੇ ਆ, ਕਿ ਉਹਦੇ ਪਿੱਛੇ ਵੀ ਇਹੀ ਕਾਰਨ ਹੈ ਕਿ ਅੱਜ ਦਾ ਯੂਥ ਐਸਟ੍ਰੋਲੋਜੀ ਨਹੀਂ ਮੰਨ ਰਿਹਾ ਅਤੇ ਨਾ ਫੋਲੋ ਕਰਨ ਕਰਕੇ ਕਿਤੇ ਨਾ ਕਿਤੇ ਸਟਾਰ ਕਲੈਸ਼ ਹੋ ਰਹੇ? ਐਕਚੁਲੀ ਨਾ ਫੋਲੋ ਦਾ ਕਾਰਨ ਬਹੁਤ ਇੱਕ ਵੱਡਾ ਰੋਲ ਹੈ ਕਿ ਜਿਸ ਤਰ੍ਹਾਂ ਅਸੀਂ ਐਸਟ੍ਰੋਲੋਜਰ ਬਹੁਤ ਵੱਡੀ ਰਿਸਰਚ ਕਰਕੇ 25 ਸਾਲ ਦੀ ਰਿਸਰਚ ਕਰਕੇ ਇੱਥੋਂ ਤੱਕ ਪਹੁੰਚੇ ਹਾਂ, ਔਰ ਕੁਛ ਐਸਟ੍ਰੋਲੋਜਰ ਥੋੜ੍ਹਾ ਹੀ ਗਿਆਨ ਲੈ ਕੇ ਗਲਤ ਗੱਲ ਕਰ ਰਹੇ ਹਨ।
जिस तरह की तुहानूं मैं दसा कि दुनिया जब उत्पन्न हुई तो सब तो पहले ब्रह्मा जी ने सब तो पहले विद्या आई सी ज्योतिष की विद्या। सो कोई ना कोई शास्त्री लॉजिक तो पुराना ही चलन आ रहा है। तो यूथ ना मनन का यो ही कारण है कि वह गलत रस्ते च जा रही है, नशे कर रही है, डिवोर्स हो रही है। रिलेशनशिप ही एक ले लो, असी सैवंथ लॉर्ड मैरिज का लॉर्ड है, अगर वह डिस्टर्ब है, अगर वो वर्स्ट हाउसेज है यानी कि 6th, 8th, 12th ना कनैक्ट हो गया या वह स्टार ही गलत हो गया तो वह डिवोर्स तक तो जाएगा। रिलेशन से तो आ गया, उन्हें लव मैरिज तो करा ली, बट वो कितने ना कि अगर वर्स्ट हाउसेज नाल कनैक्ट हो गया। अज लोग कुंडली नहीं मिलाते हैं, कुछ लोग गुणा नू मैटर करते हैं। असी कहने 10 गुण नाल भी ताड़ी मैरिज वधिया जा सकती। क्यों वधिया जा सकती है? कुछ ज्योतिषी साउथ वाल तुसी चले जाओ 7th हाउस नू ही लेंदे है कि 7th हाउस नू असी अगर अच्छे हाउस च बैठा होए ते उहदी 10 गुणा नाल भी उहदी स्मूथली मैरिज जा सकती है। बट तुसी असी गुण देख लो, अज देख लो कि 36 दे गुण ताड़े 35 मिल गए तो उत्थे भी डिवोर्स हो गया। गुण की करेंगे, गुण डजेंट मैटर इन माई एस्ट्रोलॉजी और मेरी रिसर्च। गुण नू बिल्कुल नहीं मैटर नहीं करती। मेरी अपनी शादी दे सिर्फ 14 गुण मिले हुए थे, आज 25 साल शादी में हो गए, क्या स्मूथली नहीं चल रही? सो असी प्रडिक्ट करना है कितने केड़ा प्लैनेट बैठा है और क्या असैप्ट है और क्या उहदी अच्छी स्मूथली प्लेस है, तद ही मैरिज चलती है। और अजकल देख लो पंडित सिर्फ गुण नू मिलाई जा रहे, गुण नू मिलाई जा रहे हैं तो वो डिवोर्स तक जा रही है। यानी कि गुण ही नहीं का कला नहीं, गुण नहीं है अरे विच सारी ही कुंडली असी देखनी पैंदी, सारे स्टार जरूर देखने होंगे कि साडे ग्रह किथे बैठे, ग्रह मैच जरूरी है जी। इस दे नाल गल करिए कि ज्योतिष दे विच भी अजकल बड़ियां ब्रांचेस बन चुकी हैं, बड़े वर्क वक्रे वक्रे प्रडिक्शन हो गया, टैरो कार्ड आ गया, लाल किताब आ गई है, वैदिक ज्योतिष आ गया, ते नाल गल करिए कि अपना न्यूमरोलॉजी आ गई है। सब तो पहले वैदिक ज्योतिषी ही आए से, जिस तरह बच्चा सब तो पहले मदर नू मिलता उस तो बाद रिलेशन बनते, ऐसे तरह वैदिक एस्ट्रोलॉजी पहले आई सी उस तो बाद केपी नारी न्यूमरोलॉजी टैरो सो ऑन आ रहे हैं, एदे तो ही राय निकल रही है। बट शास्त्रां तो सब तो पहले जिहड़ी ज्योतिष विद्या है वो वैदिक एस्ट्रोलॉजी है और अज भी है क्योंकि वो साड़ी मदर है। उस तो बाद ए निकलदी, उस तो बाद तुसी जो मर्जी करी जाओ पर सब तो पहले ज्ञान एदा मस्ट है। यानी कि कोई भी आपां एस्ट्रोलॉजर को जाइए या किसी भी तरह की रेमेडी लईए उहदे विच वैदिक जिहड़ा एस्ट्रोलॉजी वो जरूर इनवॉल्व होनी चाहिए, जरूर होनी चाहिए क्योंकि ग्रह नक्षत्र वो सारे एदे च गिने जांदे। 27 नक्षत्र है, उन्हों ज्ञान होना चाहिए, 9 प्लैनेट्स का ज्ञान होना चाहिए, 12 राशियां का ज्ञान होना चाहिए, फिर ही वो दस पाएगा तुहाडा फ्यूचर, वरना छोटे मोटे नहीं दस पाएंगे। एक विद्या कर ली, न्यूमरोलॉजी कर ली तो तुसी कहो कि एस्ट्रोलॉजर सिर्फ न्यूमरोलॉजी का ही है, उन्हों ऐड करना पड़ेगा। मैं अपनी लाइफ से सब तो पहले वैदिक एस्ट्रोलॉजी की, उस तो बाद न्यूमरोलॉजी की, वास्तु किया, टैरो किया, तद ही आगे तक फ्यूचर असी उन्हों प्लस प्लस करके असी नैक्सट क्लाइंट का प्रडिक्ट कर सकते हैं। एस्ट्रोलॉजी की इहदे विच किन्नी क स्टडी कीती है तुसी? मैं बहुत है क्योंकि अज भी मैं स्टूडेंट हैगी हाँ, क्योंकि यह एक समुद्री विद्या, तद इन समुद्री विद्या किया गया, यदा कोई भी 100% नहीं। अज इन्ने एस्ट्रोलॉजर है असी किधर सा नाम भी लै सकते, बट 60% and 70% ही वर्क करेगी, बाकी 30% ताडे कर्मास और पूजा पाठ ही वर्क करेंगे। ਇਹ ਕਿਸ ਤਰ੍ਹਾਂ ਦਾ ਸਾਇੰਸ ਹੈ ਕਿ ਬੰਦੇ ਦਾ ਆਉਣ ਵਾਲਾ ਸਮਾਂ ਪ੍ਰਡਿਕਟ ਕਰ ਦਿੰਦਾ ਹੈ? ਤੇ ਗ੍ਰਹਿ ਨਕਸ਼ਤਰਾਂ ਨਾਲ, ਗ੍ਰਹਿ ਨਕਸ਼ਤਰਾਂ ਨਾਲ ਅਸੀਂ ਪਾਸਟ ਵੀ ਕਰ ਸਕਦੇ, ਫਿਊਚਰ ਵੀ ਕਰ ਸਕਦੇ ਹਾਂ। ਜਿਹੜੀ ਜਿਹੜੀ ਮਹਾਦਸ਼ਾ ਅੱਛੀ ਆਏਗੀ ਅਸੀਂ ਉਹਦਾ ਅੱਛਾ ਵੀ ਕਰ ਸਕਦੇ, ਕੋਈ ਬੈਨੀਫਿਟ ਵੀ ਹੁੰਦਾ। ਔਰ ਕਦੀ ਹਰ ਇੱਕ ਪਲੈਨਟ ਦਾ ਰੋਲ ਹੈਗਾ, ਸਾਰੇ ਹੀ ਪਲੈਨਟ ਬੈਨੀਫਿਟ ਹੈ ਔਰ ਸਾਰੇ ਹੀ ਤੁਸੀਂ ਕਹੋ ਕਿ ਮੈਲੀਫਿਕ ਹੈ। ਕੁਛ ਹੁਣ ਐਗਜ਼ਾਮਪਲ ਦੇਖ ਲਓ ਕਿ ਰਾਹੂ ਹੈ, ਰਾਹੂ ਇੱਕ ਕਲਯੁੱਗ ਦਾ ਬਾਦਸ਼ਾਹ ਪਲੈਨਟ ਹੈ। सो कई बार राहु बहुत अच्छा कर देता है क्योंकि छप्पड़ फाड़ के दे जाता है, ठीक है ना, तो कई वास्ते वो वर्स कर जाता है। हर एक कुंडली का अलग अलग रोल, कि वास्ते बैड है, कि जुपिटर देख लो, आज असी कलयुग से लोग बहुत जुपिटर नू मानते गुरु प्लैनेट हैगा, पर गुरु जड़ा हैगा वो कई दी कुंडली च वर्स्ट है, कई दे 8वें दा लॉर्ड है, 6th दा लॉर्ड है, डिजीज़ दे जाएगा, मार देगा, वो कुछ नहीं तुसीं कह सकते कि केड़ा प्लैनेट तुहाडा वधिया कर जाएगा। ਯਾਨੀ ਕਿ ਜਿਹੜੇ ਆਪਾਂ ਔਨਲਾਈਨ ਜਾਂ ਇਸ ਤਰ੍ਹਾਂ ਛੋਟੀ ਮੋਟੀ ਟਿਪਸ 'ਤੇ ਨਾ ਕੰਮ ਕਰੀਏ, ਅਗਰ ਜੇ ਇਹੀ ਰੈਮਡੀ ਅੱਜ ਕੱਲ੍ਹ ਦੇਖੋ ਯੂਟਿਊਬਸ ਇੰਨੇ ਭਰੇ ਹੋਏ ਆ ਵਿਦਆਊਟ ਪ੍ਰਡਿਕਸ਼ਨ, ਤੁਸੀਂ ਕਦੀ ਵੀ ਰੈਮਡੀ ਨਹੀਂ ਕਰਨੀ। ਕੁਛ ਗ੍ਰਹਿਆਂ ਨੂੰ ਅਸੀਂ ਬਿਲਕੁਲ ਨਹੀਂ ਹਿਲਾਉਣਾ ਹੁੰਦਾ, ਅਗਰ ਕੁਛ ਚੀਜ਼ਾਂ ਨੂੰ ਅਸੀਂ ਹਿਲਾ ਦਈਏ ਤਾਂ ਉਹ ਖਰਾਬ ਕਰ ਜਾਏਗੀ। ਆਈਦਰ ਤੁਸੀਂ ਕੋਈ ਵੀ ਰੈਮਡੀ ਨਾ ਕਰੋ, ਕਿਸੇ ਜੋਸ਼ੀ ਕੋ ਨਾ ਜਾਓ, ਠੀਕ ਹੈ ਨਾ, ਬਟ ਅਗਰ ਜਾਓ
ਤੇ ਇੱਕ ਸਟੈਂਡਰਡ ਜੋਤਸ਼ੀ ਕੋਲ ਜਾਓ ਜਿਹਨੇ ਪੂਰੀ ਵਿੱਦਿਆ ਕੀਤੀ ਹੋਏ ਤਾਂ ਕਿ ਉਹ ਤੁਹਾਨੂੰ ਸਹੀ ਰਸਤੇ 'ਚ ਜਾਏ। ਇਹ ਨਹੀਂ ਤੁਸੀਂ ਅੱਜ ਇਹ ਡਾਕਟਰ ਬਦਲ ਲਿਆ, ਦੂਸਰਾ ਬਦਲ ਲਿਆ, ਤੀਸਰਾ ਬਦਲ ਲਿਆ, ਤੁਸੀਂ ਤਾਂ ਉਹਦਾ ਟੈਸਟ ਲੈ ਲਿਆ। ਸੋ ਟੈਸਟ ਨਹੀਂ ਲੈਣਾ ਚਾਹੀਦਾ, ਤੁਸੀਂ ਪਰਫੈਕਟ ਦਾ ਵਿਸ਼ਵਾਸ 'ਤੇ ਹੈ। ਐਸਟ੍ਰੋਲੋਜੀ ਇੱਕ ਵਿਸ਼ਵਾਸ 'ਤੇ, ਜਿਸ ਤਰ੍ਹਾਂ ਅਸੀਂ ਸਾਡੇ ਇੰਨੇ ਗੁਰੂ ਹੈ, ਕ੍ਰਿਸ਼ਨ ਜੀ ਹੈ, ਰਾਮ ਜੀ ਹੈ, ਮਾਤਾ ਕਾਲੀ ਹੈ, ਸ਼ਿਵ ਜੀ ਹੈ, ਤੁਸੀਂ ਇੱਕ ਪਰਟੀਕੁਲਰ ਨੂੰ ਫੜੋ ਤਦੇ ਤੁਹਾਡੀ ਇਹ ਗੱਡੀ ਜੀਵਨ ਦੀ ਚੱਲੇਗੀ, ਵਰਨਾ ਤੁਸੀਂ ਕਦੀ ਉਹਨੂੰ ਕਹਿ ਦਿਓ, ਉਹਨੂੰ ਕਹਿ ਦਿਓ, ਉਹ ਇਸ ਤਰ੍ਹਾਂ ਥੋੜ੍ਹਾ ਚੱਲੇਗਾ। ਦੂਸਰੀ ਗੱਲ ਕਰੀਏ ਜੋਤਿਸ਼, ਜਿਹੜਾ ਜੋਤਿਸ਼ ਨਾਲ ਜਿਸ ਤਰ੍ਹਾਂ ਜੋਤਿਸ਼, ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਜੋਤਿਸ਼ ਹਰ ਏਰੀਏ ਦੇ ਵਿੱਚ ਕੰਮ ਕਰਦਾ। ਸਭ ਤੋਂ ਵੱਡਾ ਜਿਹੜਾ ਘਰ ਜਾਂ ਆਫਿਸ ਆ ਜਾਂਦਾ, ਜੇ ਪ੍ਰਮਿਸਿਸ ਆ ਜਾਂਦੇ ਉੱਥੇ ਫਿਰ ਸ਼ੁਰੂ ਹੋ ਜਾਂਦਾ ਆਪਣਾ ਵਾਸਤੂ। ਬਿਲਕੁਲ, ਉੱਥੇ ਸ਼ੁਰੂ ਵਾਸਤੂ ਅਤੇ ਜੋਤਿਸ਼ ਦੋਨੋਂ ਇੰਟਰਲਿੰਕ ਹੈਗਾ ਜਾਂ ਵਾਸਤੂ ਅਲੱਗ ਹੈ ਅਤੇ ਜੋਤਿਸ਼ ਅਲੱਗ ਹੈ? ਦੇਖੋ, ਅਗਰ ਤੁਹਾਡੀ ਕੁੰਡਲੀ ਬਹੁਤ ਅੱਛੀ ਚੱਲ ਰਹੀ ਹੈ, ਪਲੈਨਟਸ ਬਹੁਤ ਅੱਛੇ ਚੱਲ ਰਹੇ ਹੈ, ਤੁਸੀਂ ਦੇਖੋ ਕਿ ਮੇਰੀ ਦਸ਼ਾ ਵੀ ਬਹੁਤ ਅੱਛੀ ਹੋ ਰਹੀ ਹੈ, ਤੁਸੀਂ ਇੱਕ ਮਕਾਨ ਲੈ ਲਿਆ, ਉਸ ਤੋਂ ਬਾਅਦ ਤੁਹਾਡਾ ਬਿਜ਼ਨਸ ਖਰਾਬ ਹੋ ਗਿਆ, ਹੈਲਥ ਖਰਾਬ ਹੋ ਗਈ, ਤੁਹਾਡੀ ਬੀਵੀ ਦੀ ਤਬੀਅਤ ਖਰਾਬ ਹੋ ਗਈ, ਜਾਂ ਬੱਚੇ ਨੂੰ ਕੋਈ ਪ੍ਰੋਬਲਮ ਆ ਗਿਆ, ਕਰਜ਼ਾ ਚੜ ਗਿਆ, ਉੱਥੇ ਵਾਸਤੂ ਦਾ ਇੱਕ ਵੱਡਾ ਮਹਾ ਯੋਗ ਹੈ। ਕਿਉਂਕਿ ਐਸਟ੍ਰੋਲੋਜੀ ਦੇ ਨਾਲ ਅਸੀਂ ਇਹਨੂੰ ਵੀ ਕੈਲਕੂਲੇਟ ਕਰਦੇ ਹਾਂ। ਅਗਰ ਤੁਹਾਡਾ ਵਾਸਤੂ ਹਿੱਲ ਗਿਆ ਤਾਂ ਫਿਰ ਇਟ ਮੀਨਸ ਕਿ ਕੁੰਡਲੀ ਨੇ ਵਰਕਸ ਨਹੀਂ ਕਰਨਾ, ਇਹ ਹੈੱਡ ਹੈਗਾ। ਯਾਨੀ ਕਿ ਕੁੰਡਲੀ ਅਤੇ ਵਾਸਤੂ ਦੋਨਾਂ ਨੂੰ ਇਕੁਅਲ ਬੈਲੈਂਸ ਕਰ, ਦੋਨਾਂ ਨੂੰ ਇਕੁਅਲ ਬੈਲੈਂਸ ਕਰਕੇ ਹੀ ਸਾਨੂੰ ਚੱਲਣਾ ਪਏਗਾ। ਇਹ ਜਿਵੇਂ ਅੱਜ ਦੀ ਗੱਲ ਕਰੀਏ, ਲੋਕ ਕੁਛ ਔਨਲਾਈਨ ਟਿਪਸ ਲੈ ਲੈਂਦੇ ਆ, ਉਸ ਤੋਂ ਰੈਮਡੀ ਸ਼ੁਰੂ ਕਰ ਦਿੰਦੇ ਆ, ਜਿਸ ਤਰ੍ਹਾਂ ਤੁਸੀਂ ਕਿਹਾ ਚੁੱਕਿਆ ਔਨਲਾਈਨ ਨਹੀਂ ਕਰਨੀ ਚਾਹੀਦੀ ਹੈ, ਐਸਟ੍ਰੋਲੋਜਰ ਹੀ ਗਾਈਡ ਕਰ ਸਕਦਾ ਪ੍ਰੋਪਰ। ਉਸ ਤਰ੍ਹਾਂ ਜਿਵੇਂ ਲੋਕ ਅੱਜ ਦੇ ਟਾਈਮ ਦੇ ਵਿੱਚ ਵੱਖਰੀ ਵੱਖਰੀ ਸਮਾਲ ਬਿਜ਼ਨਸ ਨੂੰ ਲੈ ਕੇ ਕੰਮ ਕਰਨਾ ਚਾਹੁੰਦੇ ਆ ਜਾਂ ਰਿਲੇਸ਼ਨਸ਼ਿਪ ਨੂੰ ਲੈ ਕੇ ਕਰਾਉਣਾ ਚਾਹੁੰਦੇ, ਮੈਂ ਤੁਹਾਨੂੰ ਇੱਕੋ ਹੀ ਟਿਪ ਇਹਦੇ ਵਾਸਤੇ ਦੱਸਾਂਗੀ। ਸਾਡੇ ਹਨੂੰਮਾਨ ਜੀ, ਤੁਹਾਡਾ ਕੁਛ ਵੀ ਹਿੱਲ ਗਿਆ ਨਾ ਤਾਂ ਹਨੂੰਮਾਨ ਜੀ ਦੇ ਚਰਨਾਂ 'ਤੇ ਚੱਲ ਜਾਣਾ ਚਾਹੀਦਾ। ਉਹ ਕਿਉਂ ਚੱਲ ਜਾਣਾ ਚਾਹੀਦਾ? ਕਿਉਂਕਿ ਉਹ ਚਿਰਨਜੀਵੇ ਹੈ, ਉਸ ਜਲਦੀ ਸੁਣਦੇ ਹੈ ਚਾਹੇ ਤੁਹਾਡੇ ਕੀਆ ਕਰਾਇਆ ਹੋਏ, ਕਰਜ਼ਾ ਹੋਏ, ਡਿਸਪਿਊਟ ਹੋਏ ਜਾਂ ਕੁਛ ਵੀ ਕੱਲਾ ਕਲੇਸ਼ ਹੋਵੇ, ਹਨੂੰਮਾਨ ਜੀ ਦੇ ਚਰਨਾਂ 'ਚ ਅਗਰ ਤੁਸੀਂ ਚਲੇ ਗਏ ਨਾ ਤਾਂ ਸਾਰੇ ਹੀ ਗ੍ਰਹਿ ਠੀਕ ਹੋ ਜਾਣਗੇ। ਕਿਉਂਕਿ ਕਲਯੁੱਗ ਵਿੱਚ ਅਗਰ ਕੋਈ ਪਲੈਨਟ ਸੁਣਦਾ ਹੈ ਤਾਂ ਹਨੂੰਮਾਨ ਜੀ ਸੁਣਦੇ, ਯਾਨੀ ਕਿ ਮੰਗਲ ਦੇਵਤਾ। ਅਤੇ ਅਗਰ ਮੰਗਲ ਤੁਹਾਡੀ ਕੁੰਡਲੀ 'ਚ ਠੀਕ ਹੋ ਗਿਆ ਤਾਂ ਸਾਰਾ ਹੀ ਬੈਲੈਂਸ ਠੀਕ ਹੋ ਗਿਆ। ਸਾਢੇ ਸੱਤੀ ਚੱਲ ਰਹੀ ਹੈ ਤਦ ਵੀ ਤੁਸੀਂ ਮੰਗਲ ਦਾ ਉਪਾਅ ਕਰੋ, ਅਗਰ ਰਾਹੂ ਦੀ ਦਸ਼ਾ ਚੱਲ ਰਹੀ ਤਦ ਵੀ ਤੁਸੀਂ ਮੰਗਲ ਦਾ ਉਪਾਅ ਕਰੋ। ਮੰਗਲ ਦਾ ਉਪਾਅ ਕਰਨ ਨਾਲ ਤੁਹਾਡੇ ਸਾਰੇ ਹੀ ਸਮੂਥਲੀ ਦੇਖਣਾ ਪਲੈਨਟਸ ਠੀਕ ਹੋ ਗਏ, ਤੁਹਾਨੂੰ ਕਿਤੇ ਹੋਰ ਜਾਣ ਦੀ ਲੋੜ ਹੀ ਨਹੀਂ ਪੈਣੀ। ਬਸ ਇਹ ਹੈ ਕਿ ਤੁਸੀਂ ਦਾਨ ਪੁੰਨ ਕਿਹੜੇ ਪਲੈਨਟ ਦਾ ਕਰਨਾ ਉਹ ਤੁਸੀਂ ਪੁੱਛ ਕੇ ਕਰੋ ਐਸਟ੍ਰੋਲੋਜਰ ਨੂੰ। ਕਈ ਵਾਰ ਉੱਚ ਦੇ ਪਲੈਨਟ ਦਾ ਲੋਕ ਦਾਨ ਕਰ ਦਿੰਦੇ ਆ ਤਾਂ ਉਹ ਨੈਗੇਟਿਵ ਰੋਲ ਦੇ ਦੱਸਦੇ, ਅਤੇ ਜੇ ਨੀਚ ਦਾ ਧਾਰਨ ਕਰ ਲੈਂਦੇ ਤਾਂ ਉਹ ਨੈਗੇਟਿਵ। ਨੀਚ ਦਾ ਅਗਰ ਤੁਸੀਂ ਸਟੋਨ ਧਾਰਨ ਕਰ ਲਿਆ ਤਾਂ ਉਹ ਬੈਡ ਲੱਕ ਹੀ ਆਏਗਾ ਨਾ। ਨੀਚ ਦਾ ਕਦੀ ਵੀ ਨਹੀਂ ਧਾਰਨ ਕਰਨੇ ਦਾ, ਨੀਚ ਦਾ ਦਾਨ ਕਰਨਾ ਚਾਹੀਦਾ। ਰਤਨ ਕਿੰਨੇ ਕੁ ਜ਼ਿਆਦਾ ਜ਼ਰੂਰੀ ਹੁੰਦੇ ਜੇ ਐਸਟ੍ਰੋਲੋਜੀ ਦੀ ਗੱਲ ਕੀਤੀ, ਹੁਣ ਰਤਨ ਦੀ ਤੁਸੀਂ ਗੱਲ ਕੀਤੀ? ਰਤਨ 30% ਕੰਮ ਕਰਦੇ ਆ, ਠੀਕ ਹੈ ਨਾ। ਕੁਛ ਐਸਟ੍ਰੋਲੋਜਰਸ ਬਹੁਤ ਕਹਿਣਗੇ ਕਿ ਇਹ ਰਤਨ ਪਾਲੋ ਪਰਫੈਕਟ ਹੋ ਜਾਏਗਾ, 100% ਨਹੀਂ ਕੰਮ ਕਰਨਾ। ਜੋ ਮੰਤਰਾਂ 'ਚ ਤਾਕਤ ਹੈ, ਮੈਂ ਬਿਲੀਵ ਕਰਦੀ ਹਾਂ ਪੁਰਾਣੇ ਟਾਈਮ ਦੀ, ਠੀਕ ਹੈ ਨਾ, ਤਾਂ ਮੈਂ ਮੰਤਰਾਂ 'ਚ ਬਿਲੀਵ ਕਰਦੀ ਹਾਂ। ਤੁਸੀਂ ਦੇਖੋ ਕਿ ਪੁਰਾਣੇ ਸਮੇਂ 'ਚ ਮਾਰਕੰਡੇ ਰਿਸ਼ੀ ਦੀ ਜਿਹੜੀ ਉਮਰ ਸੀ 12 ਸਾਲ, ਉਹਨਾਂ ਨੇ ਮੰਤਰ ਕਰਕੇ ਹੀ ਆਪਣੀ ਉਮਰ ਵੱਡੀ ਕਰ ਲਈ, ਅਤੇ ਉਹ ਉਹਨਾਂ ਦਾ ਕਿੰਨਾ ਸਮੂਥ ਚੱਲਦਾ ਰਿਹਾ। ਸੋ ਮੰਤਰਾਂ 'ਚ ਬਹੁਤ ਤਾਕਤ ਹੈ ਕਿ ਤੁਹਾਨੂੰ ਕਹਿੰਦੇ ਨੇ ਕਿ ਉਹਦੀ ਡੈਥ ਵੀ ਲਿਖੀ ਹੈ ਤਾਂ ਉਹ ਵੀ ਜੀਵਿਤ ਹੋ ਜਾਂਦਾ। ਕਿਹੜਾ ਮੰਤਰ ਸੀ ਸਾਡੇ ਦਰਸ਼ਕਾਂ ਨੂੰ ਦੱਸ ਦਿਓ? ਦੇਖੋ, ਉਹ ਵਾਲਾ ਮੰਤਰ ਤੇ ਉਹਨਾਂ ਦਾ ਮਹਾਮ੍ਰਿਤਯੁਜੰਗ ਮੰਤਰ ਸੀ। ਸੋ ਅਲੱਗ ਅਲੱਗ ਕੈਟਾਗਰੀ ਦੇ ਅਲੱਗ ਅਲੱਗ ਪਲੈਨਟ ਦੇ ਆਪਣੇ ਹੀ ਮੰਤਰ ਬਣੇ ਹੋਏ ਆ। ਕਿਸੇ ਨੂੰ ਮੰਗਲ ਦੀ ਮੰਤਰ ਕਰਨੇ ਚਾਹੀਦੇ ਅਗਰ ਉਹ ਪਲੈਨਟ ਖਰਾਬ ਹੈ, ਉਹ ਕਿੰਨੇ ਕਰਨੇ ਚਾਹੀਦੇ ਉਹ ਸਾਡੇ ਸ਼ਾਸਤਰ 'ਚ ਲਿਖਾ ਗਿਆ। ਯਾਨੀ ਕਿ ਲਾਈਫ ਟੈਨਸ਼ਨ ਫ੍ਰੀ ਜਿੰਨੀ ਹੋਵੇ, ਲਾਈਫ ਲੰਬੀ ਜਿੰਨੀ ਹੋਵੇ, ਲਾਈਫ ਹੈਲਦੀ ਜਿੰਨੀ ਹੋਵੇ, ਅਤੇ ਇੱਕ ਐਸਟ੍ਰੋਲੋਜਰ ਕੋ ਕੰਸਲਟੈਂਟ ਇੱਕ ਗਾਈਡ ਜ਼ਰੂਰ ਬਣਵਾ ਲਓ, ਉਹਦੇ ਅਕੋਰਡਿੰਗ ਹੀ ਆਪਣੀ ਲਾਈਫ ਰੂਟੀਨ ਪਲੈਨਟ ਨੂੰ ਜਿਹੜਾ ਦਾਨ ਪੁੰਨ ਕਰਨਾ ਉਸ ਅਕੋਰਡਿੰਗ ਸ਼ੁਰੂ ਕਰ ਦਿਓ ਅਤੇ ਲਾਈਫ ਸਮੂਥ ਹੋ ਜਾਏਗੀ। ਜਿਸ ਤਰ੍ਹਾਂ ਕਿ ਲੋਕ ਜ਼ਿਆਦਾਤਰ ਐਸਟ੍ਰੋਲੋਜਰ ਕੋਲ ਉਦੋਂ ਹੀ ਆਉਂਦੇ ਜਦੋਂ ਪਰੇਸ਼ਾਨ ਹੋ ਜਾਂਦੇ ਆ, ਜਦੋਂ ਜ਼ਿਆਦਾ ਪਰੇਸ਼ਾਨੀ ਹੈਗੀ ਹੈ ਫਿਰ ਹੀ ਐਸਟ੍ਰੋਲੋਜਰ ਨੂੰ ਆਉਂਦੇ। ਕਿ ਇਸ ਤਰ੍ਹਾਂ ਵੀ ਕੋਈ ਟਾਈਮ ਪੀਰੀਅਡ ਹੋਣਾ ਚਾਹੀਦਾ ਕਿ ਬੰਦਾ ਜੇ ਪਰੇਸ਼ਾਨੀ ਨਾ ਆਵੇ ਸਾਲ 'ਚ ਜਾਂ 6 ਮਹੀਨੇ 'ਚ ਜਾਂ ਮੰਥਲੀ ਇੱਕ ਐਸਟ੍ਰੋਲੋਜਰ ਗਾਈਡੈਂਸ? ਵੈਸੇ ਤਾਂ ਅਗਰ 6 ਮੰਥ ਬਾਅਦ ਹੀ ਟੇਵਾ ਦਿਖਾਉਣਾ ਚਾਹੀਦਾ ਹੈਗਾ ਕਿ ਕੋਈ ਪ੍ਰੋਬਲਮ ਤੁਹਾਨੂੰ ਆਉਣ ਵਾਲੀ ਹੁੰਦੀ ਹੈ ਤਾਂ ਉਹ ਤੁਹਾਨੂੰ ਦੱਸ ਸਕਣ। ਬਟ ਮੇਰੇ ਆਪਣੇ ਵਿਊਜ਼ ਹੈ ਕਿ ਬਰਥਡੇ ਵਾਲੇ ਦਿਨ ਜ਼ਰੂਰ ਆਉਣਾ ਚਾਹੀਦਾ। ਕੁਛ ਬਰਥਡੇ ਵਾਲੇ ਦਿਨ ਅਸੀਂ ਐਸੀ ਰੈਮਡੀਜ਼ ਕਰਾ ਦਿੰਦੇ ਕਿ ਸਾਲ 'ਚ ਅਸੀਂ ਇੱਕੋ ਵਾਰੀ ਹੋ ਜਾਏ। ਜਿਸ ਤਰ੍ਹਾਂ ਤੁਸੀਂ ਦਾਨ ਦਾ ਲਾਸਟ ਟਾਈਮ ਪੁੱਛਿਆ, ਅਤੇ ਕੋਈ ਪਰਟੀਕੁਲਰ ਨੀਚ ਗ੍ਰਹਿ ਹੈ ਜਾਂ ਤੁਹਾਡੇ ਕੁੰਡਲੀ 'ਚ ਡਿਸਟਰਬ ਹੈ ਜਾਂ ਦਸ਼ਾ ਆਉਣ ਵਾਲੀ ਹੈ, ਅਤੇ ਉਹ ਬਰਥਡੇ ਵਾਲੇ ਦਿਨ ਨਹੀਂ ਕਰਕੇ ਉਹ ਸਮੂਥਲੀ ਉਹਨਾਂ ਦਾ ਪੂਰਾ ਸਾਲ ਜਾ ਸਕਦਾ। ਕੁਛ ਲੋਕ ਵਰਸ਼ ਫਲ ਬਣਵਾਉਂਦੇ ਆ ਤਾਂ ਬਰਥਡੇ 'ਚ ਹੀ ਬਣਦਾ।
यानी कि अपना जन्मदिन मनाने तो पहला अपनी कुंडली जरूर बनवा लो, एक बार दिखवा लो किसी विद्वान तो, ताकि तुहाडे आने वाले जिहड़े 12 महीने है वह 12 बहार बन जाए, ताकि खुशियां तुहाडे 12 महीने च रहे, आने वाली प्रॉब्लम जिहड़ी है वो पहला तुहानू पता चले, तुसीं अपने आप नूं प्रिपेयर कर सको, क्योंकि ज्योतिष नूं आपां इह वी कह सकदे हां कि आने वाले टाइम की जिहड़ी प्रॉब्लम है उहदे लई सानूं पहला गाइड कर दिंदा ते आपां प्रिपेयर हो जांदे। बिल्कुल करदे गाइड, अगर तुहाडा कोई स्टार खराब होने वाला है, सपोज तुसीं बिजनेस करना चाहते हो कि मैंने 2 महीने बाद बिजनेस करना, अगर वो कोई दशा ही तुहाडी खराब होंदी पई है वर्स्ट है, तो साडा फर्ज हैगा कि असीं तुहानूं दसीए। ज्योतिष एक भला दी विधि है, असीं लोगों का भला करन वास्ते बैठे, ना कि नुकसान करन वास्ते बैठे, तो सो उन्होंने अलर्ट करीदा कि 2 महीने बाद ना करो, तुहाडे जो स्टार अच्छे होंगे, मे बी 6 मंथ बाद होंगे या साल बाद तुहाडी दशा आएगी, उदों तक वेट करो। अज के टाइम की गल करिए, अज तक ज़्यादातर लोग ज्योतिष तो विमुख हो चुके हैं, बैंक जा चुके हैं, या फिर उन्होंने अगर जो किसी ज्योतिष को जाना होता तो एक दिमाग के बड़ी टेंशन होती कि वहम च पा देना, मैं वहम च नहीं, मैं कभी वहम च नहीं किसी को पाया, साफ साफ दस दी है, अगर वह टाइम वर्स्ट आना है तो उन्होंने कह दीदा है। तो यानी कि ज्योतिष ने एक गाइड हैगी है जिसके अकॉर्डिंग अभी अपने जीवन में अपने जिंदगी अगे किस तरह चलाना, उस गाइड के अकॉर्डिंग आप समूथली कर सकते हैं। तुहाडे कोल जांदे जांदे काफ़ी सवाल, क्योंकि इस तरह के 15 साल हो गए तुहानू ज्योतिष विद्या दे विच काम करते हुए, तो इस तरह के कोई क्लाइंट जुड़े हो जिहड़े तुहाडे बहुत ज़्यादा फेमस पर्सनैलिटी हो? बहुत है मेरे, मैं लास्ट 3 साल पहले ITC वेलकम च काम करके आई एज एस्ट्रोलॉजर, सो उत्थे 5 स्टार से काम करना मेरे नाल MLA काफ़ी वड्डे वड्डे सारे जुड़े जो अज भी कंटिन्यू है, सो मैनू बहुत एक्सपीरियंस है कि जिन किन्ने वड्डे लोगों ना मैं काम करके उन्होंने प्रडिक्शन सही की थी। यानी कि नेता अभिनेता दोनों ताडे नाल इस टाइम ते जुड़े हैं? हाँ जी, ते बहुत वधिया ताडा एक्सपीरियंस भी, 15 साल का बहुत वड्डा एक्सपीरियंस है, ते आपां वी तुहानूं यही रिक्वेस्ट करांगे, क्योंकि ज्योतिष एक बहुत वड्डा साइंस है, इसनूं पढ़न वाला विद्वान गलत हो सकता है, विद्या नहीं गलत हो सकती, इसलिए अपने इस साइंस के विद्वान उही चुनो जो कि एक्चुअल इस साइंस नूं जानदा होवे। इस करके जे तुसीं ज्योतिष दे इंटरेस्ट रखते हुए ज्योतिष दे लई अपनी जानकारी लैना चाहते हो, ज्योतिष के बारे में अपने अगे दी फ्यूचर देखना चाहते हो, तो इस तरह का विद्वान चुनो जो तुहाडे भविख नूं सटीकता नूं दस सके। जिस तरह कि साडे नाल पूजा शर्मा जी सन, ये पिछले 15 सालों तो ज्योतिष विद्या के नाल जुड़े हुए हैं, इस तो पहला ये पता फैशन डिजाइन सी, लेकिन इन्हों की लाइफ के कुछ इस तरह के चेंजेस आए, ये ज्योतिष विद्या के माहिर बन चुके, तो 15 साल हो गए इन्होंने सेवा करते हुए, बहुत ज़्यादा इन्होंने स्टडी भी की एस्ट्रोलॉजी की, तो अगर जो तुम अपनी प्रेडिक्शन लेना चाहते हो तो नीचे दिए गए नंबर पर कॉल करके इन्हों को टाइम दो, टाइम लैके अपनी प्रेडिक्शन भी लै सकते हो, तो सानू कमेंट करके जरूर दसो तुम किस तरह लगी है वीडियो, तो अपने दोस्तों भी शेयर करना ना भूलो, ताकि शेयर एक शेयर किसी की जिंदगी एक प्रॉब्लम।